ਸਤਿ ਸ਼੍ਰੀ ਅਕਾਲ, ਮੇਰਾ ਨਾਮ ਮੈਂ ਆਸਟ੍ਰੇਲੀਆ ਤੋਂ, ਅਤੇ ਸ਼ੁਰੂ ਤੋਂ ਮੈਨੂੰ ਮੋਟਾਪੇ ਦੀ ਪ੍ਰੋਬਲਮ ਸੀ ਨਿੱਕੇ ਹੁੰਦਿਆਂ ਤੋਂ, ਅਤੇ ਬਾਅਦ ਵਿੱਚ ਇਹ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਗਈ। ਮੈਂ ਕਾਫੀ ਕੁਛ ਟਰਾਈ ਕੀਤਾ, ਇਹਦੇ ਲਈ ਡਾਇਟਿੰਗ ਕੀਤੀ, ਮੈਡੀਸਨ ਲਈ, ਜੋ ਵੀ ਮੇਰੇ ਫਰੈਂਡਸ ਨੇ ਮੈਨੂੰ ਦੱਸਿਆ ਮੈਂ ਸਭ ਕੁਛ ਟਰਾਈ ਕੀਤਾ, ਅਤੇ ਕੁਛ ਫਰਕ ਨਹੀਂ ਪਿਆ, ਵੇਟ ਮੇਰਾ ਕੰਟੀਨਿਊ ਵੱਧਦਾ ਗਿਆ। ਅਤੇ ਉਸ ਤੋਂ ਬਾਅਦ ਮੈਂ ਥੋੜ੍ਹੀ ਸਰਚ ਕੀਤੀ ਸਰਜਰੀ ਬਾਰੇ, ਅਤੇ ਇੱਕ ਮੇਰੇ ਫਰੈਂਡ ਸੀ ਉਹਨਾਂ ਨੇ ਕਰਵਾਈ ਸੀ, ਅਤੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ। ਅਤੇ ਜਿਵੇਂ ਲੋਕ ਕਾਫੀ ਡਰਾ ਦਿੰਦੇ ਨੇ ਸਰਜਰੀ ਦੇ ਬਾਰੇ, ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ, ਕਿਉਂਕਿ ਉਹਨਾਂ ਨੇ ਵੀ ਕਰਵਾਈ ਸੀ, ਅਤੇ ਉਹਨਾਂ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਇੱਦਾਂ ਦਾ ਕੁਛ ਨਹੀਂ ਆ, ਕੋਈ ਨੈਗੇਟਿਵ ਇਫੈਕਟ ਨਹੀਂ ਆ ਸਰਜਰੀ ਦੇ। ਫਿਰ ਮੈਂ ਅਤੇ ਮੇਰੇ ਹਸਬੈਂਡ ਨੇ ਮਨ ਬਣਾਇਆ, ਡਾਕਟਰ ਨਾਲ ਫੋਨ 'ਤੇ ਡਿਸਕਸ ਕੀਤਾ, ਉਹਨਾਂ ਨੇ ਸਭ ਕੁਛ ਵਧੀਆ ਐਕਸਪਲੇਨ ਕੀਤਾ, ਅਤੇ ਬਾਅਦ ਵਿੱਚ ਫਿਰ ਮੈਂ ਸਰਜਰੀ ਲਈ ਰੈਡੀ ਹੋ ਗਈ। ਅਤੇ ਹੋਸਪਿਟਲ ਆਏ, ਡਾਕਟਰ ਨੂੰ ਮਿਲੇ, ਉਹਨਾਂ ਨੇ ਬਹੁਤ ਵਧੀਆ ਐਕਸਪਲੇਨ ਕੀਤਾ ਸਾਰਾ ਕੁਛ, ਅਤੇ ਫਿਰ ਮੇਰੀ ਸਰਜਰੀ ਹੋਈ। ਕੋਈ ਪ੍ਰੋਬਲਮ ਨਹੀਂ ਆਈ, ਜਿੱਦਾਂ ਕਿ ਲੋਕ ਸਰਜਰੀ ਦੇ ਬਾਰੇ ਕਹਿੰਦੇ ਨੇ ਕਿ ਸਰਜਰੀ ਨਾਲ ਡੈਥ ਹੋ ਜਾਂਦੀ ਆ, ਹੋਰ ਕੰਪਲੀਕੇਸ਼ਨਸ ਆਉਂਦੀਆਂ ਨੇ, ਇੱਦਾਂ ਦਾ ਕੁਛ ਵੀ ਨਹੀਂ ਹੋਇਆ। ਇੱਕ ਵੀਕ ਹੋ ਗਿਆ ਹੈ ਮੇਰੀ ਸਰਜਰੀ ਨੂੰ ਹੁਣ, ਅਤੇ ਮੈਂ 9 ਕਿਲੋ ਵੇਟ ਲੂਜ਼ ਕਰਤਾ ਇੱਕ ਵੀਕ ਦੇ ਵਿੱਚ। ਅਤੇ ਤੁਹਾਨੂੰ ਡਾਕਟਰ ਸਾਰਾ ਕੁਛ ਦੱਸਦੇ ਨੇ, ਅਤੇ ਸਟਾਫ ਜਿੱਥੇ ਮੈਂ ਰਹੀ 3 ਦਿਨ ਹੋਸਪਿਟਲ ਦੇ ਵਿੱਚ, ਸਾਰੇ ਫਰੈਂਡਲੀ ਸੀ, ਵਧੀਆ ਉਹਨਾਂ ਨੇ ਟ੍ਰੀਟ ਕੀਤਾ ਮੈਨੂੰ, ਅਤੇ ਕੋਈ ਪ੍ਰੋਬਲਮ ਨਹੀਂ ਆ ਰਹੀ। ਜਿਹੜੇ ਮੋਟਾਪਾ ਤੋਂ ਪਰੇਸ਼ਾਨ ਨੇ ਜਾਂ ਜਿਨ੍ਹਾਂ ਦਾ ਵੇਟ ਲੂਜ਼ ਨਹੀਂ ਹੁੰਦਾ ਹੋਰ ਚੀਜ਼ਾਂ ਨਾਲ, ਤਾਂ ਮੈਂ ਰੈਕਮੈਂਡ ਕਰਦੀ ਹਾਂ ਕਿ ਸਰਜਰੀ ਬੈਟਰ ਆ ਉਹਨਾਂ ਦੇ ਲਈ, ਹੋਰ ਚੀਜ਼ਾਂ 'ਤੇ ਪੈਸੇ ਸਪੈਂਡ ਕਰਨ ਨਾਲ। ਅਤੇ ਮੈਂ ਬਹੁਤ ਹੈਪੀ ਹਾਂ, ਕੋਈ ਮੈਨੂੰ ਪ੍ਰੋਬਲਮ ਨਹੀਂ ਹੋ ਰਹੀ ਸਰਜਰੀ ਦੇ ਬਾਅਦ, ਮੈਂ ਹੁਣ ਠੀਕ ਹਾਂ। ਤਾਂ ਮੈਂ ਸ਼ੋਰ ਹਾਂ ਕਿ ਡਾਕਟਰ ਦੀ ਹੈਲਪ ਦੇ ਨਾਲ, ਅਤੇ ਬਾਕੀ ਮੈਂ ਆਪਣੇ ਐਫਰਟ ਨਾਲ ਵੇਟ ਲੂਜ਼ ਕਰ ਲਵਾਂਗੀ, ਅਤੇ ਸ਼ੋਰਲੀ ਇਹ ਮੇਰੇ 'ਤੇ ਵਰਕ ਕਰੇਗਾ।